ਤੂੰ ਯਾਰ ਇਤਨਾ ਜਵਾਬ ਦੇ ਕਿਉਂ ਡਾਲਤਾ ਹੈ ਜੇ ਰੱਖਾ ਕਹਾਂ ਹੈ ਤੂੰ ਕਲਰ ਜਹਾਂ ਬੇਲਣੇ ਮੇਂ ਰਬੜ ਕਿਉਂ ਸੀ ਵਹਾਂ ਰਬੜ ਇਤਨੀ ਹੈ ਵੋ ਕਿਉਂ ਜਲਾਤਾ ਹੈ ਵੀ ਆਗ ਆਗ ਜਲਾਨੇ ਕੇ ਲੀਏ ਰਬੜ ਇਤਨੀ ਮੈਨੇ ਦੇਖੀ ਵਹਾਂ ਉਹ ਤੇਰੇ ਬਾਲਣ ਮੇਂ ਹਾਂ ਕਰਨਾ ਕਿਆ ਉਸ ਆਗ ਜਲਾਨੇ ਕੇ ਲੀਏ ਆਗ ਜਲਾਨੇ ਤੁਝੇ ਪਤਾ ਉਸ ਸੇ ਪੋਲੂਸ਼ਨ ਕਿਤਨਾ ਫੈਲੇਗਾ ਹਮਾਰੇ ਪਾਸ ਜੋ ਕਿ ਹੋਰ ਨਹੀਂ ਹੈ ਜਗਾ ਇਧਰ ਦੇਖ ਲੋ ਜੀ ਜੋ ਵੀ ਦੇਖ ਖਤਮ ਹੋ ਰਹੀ ਹੈ ਸਭ ਹੈ ਸਾਲ ਪੁਰਾਣੀ ਮੈਂ ਤੂੰ ਵਰਤ ਲਈ ਆ ਖਤਮ ਹੋਣੀ ਆ ਆ ਕੱਪੜੇ ਵੀ ਫਟਣੇ ਇੱਕ ਦਿਨ ਵਰਤਦਾ ਵਰਤ ਹੀ ਖਤਮ ਹੋ ਗਈ ਬੇੜਾ ਗਰ ਕਰੀ ਜਾਂਦੇ ਆ ਹਵਾ ਦਾ ਪੋਲੂਸ਼ਨ ਇਧਰ ਦੇਖ ਏਅਰ ਸਭ ਖਤਮ ਬੰਦਾ ਵੀ ਖਤਮ ਹਵਾ ਉਹ ਬੰਦਾ ਲਊ ਕੀ ਬੰਦੇ ਨੇ ਹਵਾ ਲੈਣੀ ਸਾ ਉਹ ਵੀ ਖਰਾਬ ਗੁੜ ਖਾਣਾ ਤੂੰ ਉਹ ਵੀ ਖਰਾਬ ਲੈ ਲੈ ਸ਼ੱਕਰ ਸਾਰੀ ਆ ਇਹ ਸ਼ੱਕਰ ਨਹੀਂ ਹੈ ਵੀ ਇਹਦਾ ਗੁੜ ਹੀ ਆ ਤੂੰ ਯਾਰ ਇਤਨਾ ਜਵਾਬ ਦੇ ਕਿਉਂ ਡਾਲਤਾ ਹੈ ਲੋਕੀ ਹੈ ਨੀ ਲੋਕੀ ਜੇ ਰੱਖਾ ਕਹਾਂ ਹੈ ਤੂੰ ਕਲਰ ਜਹਾਂ ਬੇਲਣੇ ਮੇਂ ਰਬੜ ਕਿਉਂ ਸੀ ਵਹਾਂ ਰਬੜ ਇਤਨੀ ਹੈ ਵੋ ਕਿਉਂ ਜਲਾਤਾ ਹੈ ਵੀ ਆਗ ਆਗ ਜਲਾਨੇ ਕੇ ਲੀਏ ਰਬੜ ਇਤਨੀ ਮੈਨੇ ਦੇਖੀ ਹੈ ਵਹਾਂ ਉਹ ਤੇਰੇ ਬਾਲਣ ਮੇਂ ਉਹ ਥੋੜੀ ਜਿਹੀ ਲੀਲ ਸੀ 20 ਕੁਇੰਟਲ ਲੈਂਦੇ 20 ਕੁਇੰਟਲ ਥੀ ਭੇਜਦੇ ਸਾਲ ਦੀ ਅੱਛਾ ਖਤਮ ਹੋਣੀ ਆ ਕੱਪੜੇ ਵੀ ਫਟਣੇ ਇੱਕ ਦਿਨ ਵਰਤਦਾ ਵਰਤ ਹੀ ਖਤਮ ਹੋ ਗਈ ਬੇੜਾ ਗਰਕ ਕਰੀ ਜਾਂਦੇ ਆ ਹਵਾ ਦਾ ਪੋਲੂਸ਼ਨ ਇਧਰ ਦੇਖ ਏਅਰ ਸਭ ਖਤਮ ਬੰਦਾ ਵੀ ਖਤਮ ਹਵਾ ਉਹ ਬੰਦਾ ਲਊ ਕੀ ਬੰਦੇ ਨੇ ਹਵਾ ਲੈਣੀ ਸਾ ਉਹ ਵੀ ਖਰਾਬ ਗੁੜ ਖਾਣਾ ਤੂੰ ਉਹ ਵੀ ਖਰਾਬ ਦਿਖਾ ਉਧਰ ਹੱਥ ਦਿਖਾ ਉਧਰ ਦਿਖਾ ਹੱਥ ਉਹ ਦਿਖਾ ਨਹੀਂ ਸਰ ਆ ਦੇ ਸਰ ਉਹ ਰੰਗ ਨਾਲ ਹੀ ਬਦਲ ਗਿਆ ਇੰਨੇ ਨਾਲ ਗੂੜਾ ਰੰਗ ਆ ਗਿਆ ਜੈਸੇ ਵੀ ਨਹੀਂ ਪਤਾ ਤੇਰੇ ਕੋ ਜੇ ਲਾਈਨਾਂ ਨਹੀਂ ਗਿਣ ਸਕਦਾ 1 2 3 4 5 6 7 8 9 10 ਕੀ ਹੈ ਕਿਤਨੀ ਲਾਈਨਾਂ ਹੈ ਇਧਰ ਕੋ ਗਿਣਤੀ ਕਰ 3 ਲਾਈਨਾਂ ਇਧਰ ਕੋ ਆ ਇਧਰ ਕੋ ਕਿਤਨੀ ਹੈ 1 2 4 5 ਆ ਗਏ ਵੀ ਹੈ ਨਾ ਚਾਰ ਹੈ 1 2 3 4 5 ਹੀ ਮੈਂ ਕਹਿ ਰਹਾ ਹੂੰ ਇਧਰ ਕੋ 10 ਹੈ 10 ਨੇ ਜੀ 10 ਹੈ ਮੈਨੇ ਜੀ ਤੂੰ ਕੀ ਕਰਦਾ 170 ਬੋਰੇ ਤੇਰੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਸੱਚ ਝੂਠ ਨਹੀਂ ਬੋਲਣਾ ਜੇ ਪਹਿਲੇ ਸੱਚ ਬੋਲਣਾ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੇ ਖੰਡ ਮਿਕਸ ਹੈ ਅਜੇ ਸ਼ੱਕਰ ਨਹੀਂ ਖਾਏਗੇ ਲੋਕ ਖੰਡ ਖਾਏਗੇ ਠੀਕ ਹੈ ਓਕੇ ਮੈਨੂੰ ਜਿਹੜੇ ਮੁੱਖ ਥਾਣਾ ਅਫਸਰ ਜਿਹੜੇ SHO ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ ਬੇਲਣਾ ਆ ਫਗਵਾੜਾ ਰੋਡ 'ਤੇ
ਅਤਵਾਲ ਦੇ ਲਾਗੇ, ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ। ਤੁਸੀਂ ਆਓ ਅਤੇ ਇਹ ਵੇਲਣੇ 'ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ, ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ, ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ, ਘਟੀਆ ਦਰਜੇ ਦੀ ਲਿਆਉਂਦੇ। ਅਸੀਂ ਆਏ ਹਾਂ, ਮੇਰੀ ਫੂਡ ਸੇਫਟੀ ਟੀਮ ਆਈ ਆ, ਮਨੀਸ਼ ਸੋਢੀ ਫੂਡ ਸੇਫਟੀ ਅਫਸਰ, ਨਰੇਸ਼ ਕੁਮਾਰ ਸਾਡੇ, ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ, ਅਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖੀ ਆ, ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ। ਸੋ ਜਦੋਂ ਇੱਥੇ ਆ ਕੇ ਦੇਖਿਆ ਤਾਂ ਖੰਡ ਦੇ ਸੈਂਪਲ, ਇਸ ਬੰਦੇ ਨੇ ਮੰਨਿਆ, ਨੀਟੂ ਨੇ, ਇਹ ਸਾਂਵਲੀ ਦਾ ਆਇਆ, ਪਿੰਡ ਵੀ ਇਹਨੇ ਦੱਸਤਾ ਸਾਰਾ, ਵੀ ਉਹ ਯੂਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਂਦੇ ਹਾਂ, ਖੰਡ ਹੀ ਖਿਲਾਈ ਜਾਂਦੇ ਲੋਕਾਂ ਨੂੰ। ਆਪ ਲੋਕੀ ਭਾਵੇਂ ਆ, ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ, ਅਤੇ ਮੈਂ ਹੁਣ ਉਹਨਾਂ ਨੂੰ ਜਾਂਦਿਆਂ ਕਿਹਾ ਸੀ ਖਾ ਲਓ ਖੰਡ, ਖਾ ਲਓ ਲੈ ਜਾਓ, ਵੀ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ। ਸੋ ਇਹ ਇਹਨਾਂ ਨੂੰ ਇਹ ਪੁੱਛੇ ਵੀ ਯੂਪੀ ਵਾਲਿਓ, ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਿਲਾਉਣ ਆਏ ਹਾਂ ਤਾਂ ਖੰਡ ਤਾਂ ਅਸੀਂ ਵਧੀਆ ਦਰਜੇ ਦੀ ਆਪੇ ਖਰੀਦ ਲਵਾਂਗੇ, ਤੁਹਾਡੇ ਤੋਂ ਕਿਉਂ ਖਰੀਦਣੀ ਆ? ਤੁਹਾਡੇ ਗੁੜ ਤਾਂ ਮੈਨੂੰ ਲੱਗਦਾ ਇਹ ਐਜ ਏ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ, ਅਤੇ ਜਿਹੜਾ ਇਹਨਾਂ ਦਾ 8th ਦਰਜੇ ਦਾ ਘਟੀਆ ਗੁੜ ਹੈ। ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ, ਜਿਹੜਾ ਵੀ ਵੱਸਦਾ ਆ, ਜਿਹੜਾ ਫੋਰਨ 'ਚ ਮੇਰੇ NRI ਭਰਾ ਹੈ, ਉਹ ਰੁਕ ਗਏ ਉੱਥੇ ਆਉਂਦੇ ਆਉਂਦੇ। ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬੜੇ ਚਾਵਾਂ ਨਾਲ ਖਾਣਾ ਉੱਧਰ ਜਾ ਕੇ, ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ, ਇਹ ਖੰਡ ਦੇ ਰਹੇ ਆ, ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ, ਬਾਹਰ ਲਿਜਾਂਦੇ ਆ। ਸੋ ਇਹ ਪਤਾ ਨਹੀਂ ਸੁਧਰਨ ਦਾ ਕਦੋਂ ਸੁਧਰਨਗੇ, ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ, ਖੰਡ ਇਹਦੇ ਬੁਰੇ ਸਾਰੇ ਸੀਲ ਕਰ ਦੇਣੀ ਆ, ਉਹ ਲਾ ਕੇ ਅੰਦਰ ਸਟੋਰ 'ਚ ਸੈਂਪਲ ਦੇਖਾਂਗੇ ਕੀ ਆਉਂਦੇ, ਸਰ ਰਿਜ਼ਲਟ ਕਿੱਦਾਂ ਦਾ ਆਉਂਦਾ, ਉੱਦਾਂ ਦੀ ਫਿਰ ਕਾਰਵਾਈ ਕਰਾਂਗਾ ਇਹਦੇ 'ਤੇ ਸਾਡੀ ਫੂਡ ਸੇਫਟੀ ਟੀਮ ਵੱਲੋਂ। ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਜਿੱਦਾਂ SHO ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਵੀ ਇਹਨਾਂ ਨੇ ਆ ਗੁੱਲਰਾਂ ਜਿਹੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ, ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ, ਖੋਰੀ ਦੇ ਵਿੱਚ ਖੰਡ ਲੁਕੋਈ ਹੁੰਦੀ ਆ। ਇਹ ਦੱਸੋ ਜੇ ਇਹ ਲੀਗਲ ਆ, ਜੇ ਜਾਇਜ਼ ਆ, ਤਾਂ ਫਿਰ ਲੁਕਾਉਣ ਦੀ ਕੀ ਲੋੜ ਹੈ? ਸੋ ਮੈਂ ਕਹਿਣਾ ਚਾਹੁੰਦਾ ਵੀ ਪਹਿਲਾਂ ਇਹਨਾਂ ਕੋਲ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਂਦੇ ਹਾਂ, ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ, ਹੁਣ ਤਾਂ ਖੰਡ ਮਿਲਾਂ ਵੀ ਸ਼ੁਰੂ ਹੋ ਗਈਆਂ, ਹੁਣ ਤੁਹਾਡੇ ਕੋਲ ਕਿਹੜਾ ਐਕਸਕਿਊਜ਼ ਹੈ? ਜਾਂ ਨਹੀਂ ਆਪਣੀ ਖੰਡ ਖਿਲਾਉਣ ਆਏ ਆ ਪੰਜਾਬ 'ਚ ਸਾਨੂੰ, ਇਹ ਉੱਥੇ ਜਾਣ ਜੋ ਮਰਜ਼ੀ ਕਰਨ, ਖਿਲਾਉਣ ਆਪਣੇ ਦੇਸ਼ 'ਚ, ਉੱਥੇ ਦੀ ਫੂਡ ਸੇਫਟੀ ਟੀਮਾਂ ਇਹਨਾਂ ਦਾ ਮਿਆਰ ਦੇਖਣ, ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ। ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੋਣ ਦੇਣਾ, ਸਾਨੂੰ ਪੰਜਾਬ ਨਾਲ ਵੀ ਪਿਆਰ ਆ, ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ, ਇਹਨਾਂ ਨੂੰ ਨਹੀਂ ਹੈਗਾ, ਹੁਣ ਅਸੀਂ ਕੀ ਕਰੀਏ ਇਹਨਾਂ ਦਾ? ਅਤੇ ਇਹ ਆਪਣਾ ਸੁਧਾਰ ਕਰਨਾ ਨਹੀਂ, ਮੈਨੂੰ ਲੱਗਦਾ ਨਹੀਂ ਇਹ ਸੁਧਰਨਗੇ ਕਦੇ।